ਘਰ 'ਚ ਵੜੇ ਲੁਟੇਰੇ ਲੁੱਟ ਕੇ ਲੈ ਗਏ ਅਮਰੀਕੀ ਡਾਲਰ। ਅੱਧਾ ਦਰਜਨ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਪਹਿਲਾਂ ਨਸ਼ੀਲੀ ਚੀਜ਼ ਨਾਲ ਬਜ਼ੁਰਗ ਮਹਿਲਾ ਨੂੰ ਕੀਤਾ ਬੇਹੋਸ਼, ਫਿਰ ਘਰ 'ਚ ਪਏ 4000 ਅਮਰੀਕੀ ਡਾਲਰ ਕੀਤੇ ਚੋਰੀ। ਦੱਸਦੇ ਕਿ ਚੋਰਾਂ ਨੇ ਇੱਕ ਘਰ ਦੇ ਵਿੱਚ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਥੇ 6 ਤੋਂ 7 ਲੁਟੇਰੇ ਘਰ ਦੇ ਵਿੱਚ ਵੜ ਜਾਂਦੇ ਨੇ ਅਤੇ ਫਿਰ ਘਰ ਦੇ ਵਿੱਚ ਮੌਜੂਦ ਮਹਿਲਾ ਨੂੰ ਬੇਹੋਸ਼ ਕਰ ਦਿੰਦੇ ਨੇ ਅਤੇ ਘਰ ਵਿੱਚ ਪਏ ਗਹਿਣੇ 2 ਲੱਖ ਰੁਪਏ ਅਤੇ 4000 ਅਮਰੀਕੀ ਡਾਲਰ ਚੋਰੀ ਕਰ ਲੈਂਦੇ ਨੇ। ਜਿਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇ ਕਿ ਪੂਰਾ ਮਾਮਲਾ ਜਲੰਧਰ ਦਾ, ਜਿੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਬਜ਼ੁਰਗ ਨੇ ਦੱਸਿਆ ਕਿ ਰਾਤ ਕਰੀਬ 12 ਤੋਂ 12:30 ਵਜੇ ਦੇ ਵਿੱਚ 6 ਤੋਂ 7 ਲੁਟੇਰੇ ਉਸਦੇ ਘਰ ਦੇ ਵਿੱਚ ਵੜਦੇ ਨੇ ਅਤੇ ਗੇਟ ਟੱਪ ਕੇ ਅੰਦਰ ਆ ਜਾਂਦੇ ਨੇ ਅਤੇ ਉਹਨਾਂ ਵੱਲੋਂ ਦਰਵਾਜ਼ੇ ਦਾ ਤਾਲਾ ਵੀ ਤੋੜ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਉਹਨਾਂ ਲੁਟੇਰਿਆਂ ਨੇ ਉਸਦੇ ਨਾਲ ਜ਼ਬਰਦਸਤੀ ਕੀਤੀ ਅਤੇ ਉਸਨੂੰ ਬੇਹੋਸ਼ ਕਰਨ ਲਈ ਉਸਦੇ ਮੂੰਹ ਦੇ ਵਿੱਚ ਜ਼ਬਰਦਸਤੀ ਨਸ਼ੀਲਾ ਪਾਊਡਰ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਸਾਰਾ ਪਾਊਡਰ ਮੂੰਹ ਤੋਂ ਬਾਹਰ ਕੱਢ ਦਿੱਤਾ। ਜਿਸ ਤੋਂ ਬਾਅਦ ਇਹ ਲੁਟੇਰੇ ਘਰ ਦੇ ਵਿੱਚ ਪਏ 4000 ਅਮਰੀਕੀ ਡਾਲਰ, ਕਰੀਬ 2 ਲੱਖ ਦੀ ਇੰਡੀਅਨ ਕਰੰਸੀ ਅਤੇ ਸੋਨੇ ਦੇ ਗਹਿਣੇ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਆਣ ਕੇ ਪਹਿਲਾਂ ਉਹਦੀਆਂ ਟੰਗਾਂ ਰਾਂਝੇ ਪੈਸੇ ਚੁੱਕੇ, ਫਿਰ ਮੇਰੇ ਆਣ ਕੇ ਤਾਂ ਸਰਾਣੇ ਖੜ੍ਹੇ ਹੋਏ, ਰਜਾਈ ਚੁੱਕੀ ਤਾਂ ਮੇਰੀਆਂ ਚੀਜ਼ਾਂ ਲਾ ਰਹੀਆਂ। ਵੰਗਾਂ 4 ਸੀਗੀਆਂ, ਮੁੰਦੀਆਂ 3 ਸੀ, ਵਾਲੀਆਂ 3 ਸੀ, ਇਹ ਲਾਏ ਅਤੇ ਫਿਰ ਇਹਦੀ ਵਾਲੀਆਂ ਤਾਂ ਮੁੰਡੀ ਲਾਏ, ਇਹਦਾ 15000 ਰੁਪਈਆ ਸੀ ਵਿਚਾਰੇ, ਅਸੀਂ ਵਿਆਹ ਜਾਣਾ ਸੀ ਪੈਸੇ ਤਾਂ ਸਾਡੇ। ਅਤੇ ਬੀਬੀ ਜੀ ਇਹ ਕਿੰਨੇ ਵਜੇ ਦੀ ਗੱਲ ਆ? 12-1 ਵਜੇ ਦੀ ਗੱਲ ਆ। ਤੇ ਹੋਰ ਕੋਈ ਨੁਕਸਾਨ ਹੋਰ ਕੀ ਕਰ ਗਏ? ਹੋਰ ਨਹੀਂ ਸਾਨੂੰ ਕੁਛ ਵੀ ਕਿ ਸਾਨੂੰ ਬੋਲਣ ਦਿੱਤਾ ਨਹੀਂ ਵੀ ਇੱਥੇ ਪੈ ਜਾਓ ਲੰਮੇ। ਨਹੀਂ ਬਾਕੀ ਵੀ ਪੈਸੇ ਚੱਕੇ ਆ, ਪੈਸੇ ਚੁੱਕੇ ਆ, 4000 ਉਧਰਲਾ ਸੀ ਸਾਡਾ, ਇਧਰਲਾ 1,00,000 ਰੁਪਈਏ ਸੀ। ਕਿੰਨੇ ਜਣੇ ਸੀਗੇ ਉਹ? 5-6 ਜਣੇ ਸੀਗੇ, ਹੈਗੇ ਮੁੰਡੇ ਸੀ, ਬੁੱਢੇ ਨਹੀਂ ਸੀਗੇ, ਡੰਡੇ ਅਡੇ ਫੜੇ ਸੀ। ਮਤਲਬ ਡਾਕਾ ਪਾਉਣ ਦੀ ਫਰਾਕ 'ਚ ਆਏ ਸੀਗੇ? ਹਾਂਜੀ। ਮਤਲਬ ਕਿ ਚੋਰੀ ਕਰਨ ਦੇ ਇਰਾਦੇ 'ਚ ਚੋਰੀ ਕਰਕੇ ਗਏ ਆ? ਚੋਰੀ ਕਰੀ ਡਾਕਾ, ਡਾਕਾ ਪਾ ਕੇ ਗਏ। ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਇਹਦੇ ਵਿੱਚ? ਨਹੀਂ, ਅਸੀਂ ਬੋਲੇ ਨਹੀਂ, ਸਾਨੂੰ ਬੋਲਣ ਹੀ ਨਹੀਂ ਦਿੱਤਾ। ਠੀਕ, ਡੰਡੇ ਫੜੇ ਉਸੇ ਮੋਟੇ। ਇੱਕ ਕਿਸਮ ਦਾ ਡਾਕਾ ਹੀ ਵੱਜਿਆ, ਡਾਕਾ ਵੀ ਛੋਟਾ ਜਿਹਾ ਨਹੀਂ ਕਹਿ ਸਕਦੇ, ਬਹੁਤ ਵੱਡੀ ਲੁੱਟ ਹੋਈ ਆ। ਲੁੱਟ ਵੀ 1 ਤੋਂ 2 ਵਜੇ ਦੇ ਕਰੀਬ ਲਾ ਲਓ, ਅਤੇ ਇੱਥੇ ਜੋ ਕਿ ਬਜ਼ੁਰਗ ਜੁੜਾ ਹੀ ਰਹਿ ਰਹੇ ਸਨ, ਅਤੇ ਇੱਕ ਉਹਨਾਂ ਦੀ ਸਿਸਟਰ ਸੱਦੀ ਹੋਈ ਸੀਗੀ ਅਤੇ ਉਹ ਰਹਿ ਰਹੀ ਸੀ, ਤਾਂ ਜਾਣੀ ਕਿ ਜਿਹੜੀ ਲੁੱਟ ਹੋਈ ਆ ਸੋਨਾ ਗੋਲਡ ਵਗੈਰਾ ਕਾਫੀ ਸੀਗਾ ਉਹ ਲੈ ਗਿਆ, ਅਤੇ ਬਾਕੀ ਨਗਦੀ ਸੀਗੀ ਇਹਨਾਂ ਦੇ ਕੋਲ, 4,000 US ਡਾਲਰ ਸੀਗਾ ਅਤੇ 1,25,000 ਦੇ ਕਰੀਬ ਇੱਧਰ ਇੰਡੀਅਨ ਕਰੰਸੀ ਸੀਗੀ। ਅਤੇ ਉਹ ਬਸ ਇੱਧਰ ਗੇਟ ਥਾਣੀ ਐਂਟਰ ਹੋਏ ਆ, ਗੇਟ ਥਾਣੀ ਅੰਦਰ ਐਂਟਰ ਹੋਣ ਤੋਂ ਬਾਅਦ ਉਹ ਇਹਨਾਂ ਨੇ ਆਹ ਦਰਵਾਜ਼ਾ ਵੱਟਿਆ ਹੈ, ਜਾਣੀ ਕਿ ਮੇਨ ਡੋਰ ਥਾਣੀ ਐਂਟਰ ਹੋ ਗਏ ਅਤੇ ਫਿਰ ਅੰਦਰ ਬਾਕੀ ਬਜ਼ੁਰਗ ਪਏ ਹੋਏ ਸਨ, ਉਹਨਾਂ ਨੂੰ ਉਠਾ ਲਿਆ। ਉਹਨਾਂ ਨੂੰ ਕਹਿੰਦੇ ਕਿ ਜੇ ਮਾੜਾ ਮੋਟਾ ਵੀ ਹਿੱਲੇ ਤਾਂ ਤੁਹਾਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਉਹ ਵਿਚਾਰੇ ਬਜ਼ੁਰਗਾਂ ਨੇ ਕੀ ਹਿੱਲਣਾ ਸੀਗਾ, ਅਤੇ ਆ ਬਾਕੀ ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਸਕਦੇ ਆ। ਕਿੰਨੇ ਜਣੇ ਸੀਗੇ ਜਿਹੜੇ ਡਾਕਾ ਪਾਉਣ ਆਏ ਸੀਗੇ ਜੀ? ਡਾਕਾ ਪਾਉਣ ਆਏ ਆ 5-6 ਦੱਸਦੇ ਪਏ।